ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਆ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਖੁਸ਼ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਦਿੱਲੀ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਜਲੰਧਰ ਇੱਥੇ ਕਿਸੇ ਪਰਿਵਾਰ ਦੇ ਜਾ ਰਹੇ ਹਾਂ ਕੋਈ ਪ੍ਰੇਮੀ ਪਰਿਵਾਰ ਹੈ ਅਤੇ ਉਹਨਾਂ ਦੇ ਜਾ ਰਹੇ ਹਾਂ ਅਤੇ 10 ਮਿੰਟ ਉੱਥੇ ਬੈਠ ਕੇ ਅਤੇ ਫਿਰ ਅਸੀਂ ਅੱਗੇ ਜਾਵਾਂਗੇ ਜੀ ਦਿੱਲੀ ਨੂੰ ਅੱਜ ਦਿੱਲੀ ਰੋਡ ਵੈਸੇ ਨਾ ਕਿਸਾਨ ਵੀਰਾਂ ਵੱਲੋਂ ਬਲੋਕ ਕੀਤਾ ਗਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਹੋਰ ਰਸਤਾ ਲੱਭ ਕੇ ਕਿਉਂਕਿ ਹੁਣ ਪ੍ਰੋਗਰਾਮ ਦਿੱਤਾ ਹੋਇਆ ਉਹ ਵੀ ਵੇਟ ਕਰਦੇ ਹੋਣਗੇ ਗੁਰਦੁਆਰੇ ਪ੍ਰਬੰਧਕ ਵੀਰ ਸਾਰੇ ਅਤੇ ਕੋਈ ਹੋਰ ਰਸਤਾ ਦੇਖ ਲਾਂਗੇ ਜਿਹੜਾ ਕੋਈ ਜਾਣ ਵਾਲਾ ਹੋਇਆ ਪਿੰਡਾਂ ਪੁੰਡਾਂ ਥਰੂ ਫਿਰ ਉਸ ਰਸਤੇ ਥਰੂ ਆਪਾਂ ਜਾਵਾਂਗੇ ਅਤੇ ਆਓ ਚੱਲਦੇ ਹਾਂ ਜੀ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਜੀ ਧਿਆਇ ਫਿਰ ਗੁਰਮੁਖੀ ਅਮਰਦਾਸ ਰਾਮਦਾਸ ਮੋਹਨ ਸਹਾਇਆ ਜਨ ਹਰ ਗੁਰੂ ਸਿੰਘ ਸ੍ਰੀ ਹਰ ਰਾਏ ਸਿੰਘ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿੰਘ ਹੈ ਕਰਨੋਂ ਨੇ ਦਾ ਵਿਤਾਏ ਸਭ ਥਾਈ ਹੋਏ ਸਹਾਇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਨਿਕਲ ਪਏ ਹੋਏ ਹਾਂ ਜੀ ਅਸੀਂ ਹੁਣ ਦਿੱਲੀ ਨੂੰ ਅਤੇ ਲਤਾ ਮੰਗੇਸ਼ਕਰ ਜੀ ਕਮਾਲ ਦੀ ਸੁਰੀਲੀ ਔਰਤ ਹੈ ਜੀ ਮਤਲਬ ਇਸ ਤੋਂ ਸੁਰ ਚ ਕਿਸੇ ਨੇ ਨਹੀਂ ਗਾਇਆ ਅੱਜ ਤੱਕ ਅਤੇ ਸਾਹਮਣੇ ਵੇਖ ਲਓ ਜੀ ਜਿਹੜੀਆਂ ਕੁੜੀਆਂ ਨੇ ਕੁਛ ਨਾਮਣਾ ਖੱਟਿਆ ਇਹ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਬੇਟੀ ਬਚਾਓ ਸੋ ਗੱਲ ਇਹ ਹੈ ਵੀ ਬੇਟੀ ਬਚਾਉਣੀ ਵੀ ਹੈ ਅਤੇ ਬੇਟੀ ਪੜ੍ਹਾਉਣੀ ਵੀ ਆਪਾਂ ਅਤੇ ਬੇਟੀ ਨੂੰ ਕਾਮਯਾਬ ਵੀ ਕਰਨਾ ਫਿਰ ਹੈ ਆਹ ਦੇਖੋ ਆਹ ਜਿੰਨੀਆਂ ਕੁੜੀਆਂ ਨੇ ਕੁਛ ਕੀਤਾ ਹੈ ਜਿਨ੍ਹਾਂ ਦੇ ਮਾਂ ਪਿਓ ਨੇ ਸਹਿਯੋਗ ਦਿੱਤੇ ਹੈ ਅੱਜ ਉਹਨਾਂ ਦੀਆਂ ਤਸਵੀਰਾਂ ਬਣ ਰਹੀਆਂ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਤੁਹਾਡੇ ਨਾਲ ਕਿ ਜਿਹੜਾ ਸਾਡਾ ਸ਼ਬਦ ਆ ਰਿਹਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਦੋਂ ਅਸੀਂ ਸਫ਼ਰ ਸ਼ੁਰੂ ਕੀਤਾ ਹਿਮਾਚਲ ਦੀ ਵਾਦੀਆਂ ਦੇ ਵਿੱਚ ਗਏ ਹਾਂ ਅਤੇ ਸਭ ਤੋਂ ਪਹਿਲਾਂ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਰਨ ਛੋ ਅਸਥਾਨ ਜਿਹੜਾ ਮੰਡੀ ਵਿਖੇ ਆ ਸਭ ਤੋਂ ਪਹਿਲਾਂ ਸਾਡੀ ਸ਼ੁਰੂਆਤ ਉੱਥੇ ਮੈਂ ਗੱਲ ਕਰ ਰਿਹਾ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਨਾਲ ਨਾਲ ਹੋ ਕੇ ਵਿਚਰੇ ਹੈ ਅਤੇ ਉਹੀ ਪੈਂਡਿਆਂ ਤੋਂ ਅਸੀਂ ਹੁੰਦੇ ਹੋਏ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਛੋ ਮਤਲਬ ਉਹ ਸਾਰੀ ਜਿਹੜੀ ਹਿਮਾਚਲ ਦੀ ਧਰਤੀ ਜਿਹੜੇ ਪਹਾੜੀ ਰਾਜਿਆਂ ਨਾਲ ਸਤਿਗੁਰਾਂ ਦਾ ਮਿਲਣਾ ਹੋਇਆ ਕਿਉਂਕਿ ਪਹਿਲਾਂ ਉਹਨਾਂ ਨਾਲ ਮਿੱਤਰਤਾ ਹੀ ਸੀਗੀ ਸਤਿਗੁਰਾਂ ਦੀ ਬਾਅਦ ਵਿੱਚ ਜੋ ਮਾਹੌਲ ਬਦਲਿਆ ਉਹ ਗੱਲ ਤੁਹਾਨੂੰ ਸਾਰਾ ਪਤਾ ਹੀ ਹੈ ਹਿਸਟਰੀ ਦਾ ਮਤਲਬ ਉਸੇ ਪਹਾੜਾਂ ਦੇ ਉੱਤੇ ਜਾ ਕੇ ਅਸੀਂ ਸ਼ੂਟਿੰਗ ਕੀਤੀ ਅਤੇ ਸਤਿਗੁਰਾਂ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਸਾਡਾ ਕੋਈ ਪਲੈਨ ਨਹੀਂ ਸੀਗਾ ਅਖੀਰਲੇ ਦਿਨ ਦਾ ਕਿ ਅਸੀਂ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਕਰਨੀ ਹੈ ਸ਼ੂਟਿੰਗ ਦੀ ਅਤੇ ਅਸੀਂ ਜਿਹੜੀ ਸਾਡੀ ਲਾਸਟ ਸ਼ੂਟ ਸੀਗਾ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾ ਕੇ ਉਹ ਸ਼ੂਟ ਖਤਮ ਹੋਇਆ ਅਸੀਂ ਆਪਣੇ ਆਪ ਨੂੰ ਕਿੰਨੇ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਕਿ ਸ਼ੁਰੂਆਤ ਵੀ ਸਤਿਗੁਰਾਂ ਦੇ ਅਸਥਾਨਾਂ ਤੋਂ ਹੋਈ ਅਤੇ ਸਮਾਪਤੀ ਵੀ ਸਤਿਗੁਰਾਂ ਦੇ ਚਰਨ ਛੋ ਜਿਹੜਾ ਸ਼ਹਿਰ ਹੈ ਅਨੰਦਪੁਰ ਸਾਹਿਬ ਉੱਥੇ ਸਮਾਪਤੀ ਹੋਈ ਅਤੇ ਮੈਂ ਇਹ ਮਹਿਸੂਸ ਕਰਦਾ ਕਿ ਜੋ ਸਤਿਗੁਰ ਸਾਡੇ ਤੋਂ ਸੇਵਾ ਲੈ ਰਹੇ ਆ ਉਹ ਆਪ ਹੱਥ ਰੱਖ ਕੇ ਅਤੇ ਨਾਲ ਵਿਚਰ ਕੇ ਸੇਵਾ ਲੈ ਰਹੇ ਆ ਕਿਉਂ ਜੀ ਸਹੀ ਗੱਲ ਹੈ ਕੋਈ ਸ਼ੱਕ ਜਿੰਨਾ ਔਖਾ ਪੈਂਡਾ ਸੀਗਾ ਜਿੰਨੀਆਂ ਠੰਡੀਆਂ ਹਵਾਵਾਂ ਚੱਲਦੀਆਂ ਸੀਗੀਆਂ ਮੈਂ ਸੋਚਦਾ ਵੀ ਜੇ ਸਤਿਗੁਰ ਦੀ ਟੇਕ ਨਾ ਲਈ ਹੁੰਦੀ ਤਾਂ ਅਸੀਂ ਬਿਮਾਰ ਵੀ ਪੈ ਜਾਣਾ ਸੀਗਾ ਅਤੇ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਸਤਿਗੁਰ ਸਾਡੇ ਨਾਲ ਹੋ ਕੇ ਵਿਚਰੇ ਅਤੇ ਦੇਖੋ ਅਸੀਂ ਬਿਮਾਰ ਵੀ ਨਹੀਂ ਪਏ ਇੰਨੀਆਂ ਠੰਡੀਆਂ ਹਵਾਵਾਂ ਸ਼ੀਤ ਲਹਿਰਾਂ ਝੇਲਦੇ ਹੋਏ ਹਵਾ ਲੱਗ ਜਾਏਗੀ ਠੰਡੀ ਆ ਬਹੁਤ ਜ਼ਿਆਦਾ ਹੀ ਠੰਡੀ ਹਵਾ ਸੀ ਫਿਰ ਵੀ ਮਾਲਕ ਨੇ ਬੜਾ ਬਚਾਅ ਕੀਤਾ ਉਸ ਅਤੇ ਦੇਖੋ ਸਤਿਗੁਰਾਂ ਦੀ ਕਿੰਨੀ ਕਿਰਪਾ ਵੀ ਸਾਨੂੰ ਕੁਛ ਨਹੀਂ ਹੋਇਆ ਅਸੀਂ ਸਹੀ ਸਲਾਮਤ ਵਾਪਸੀ ਵੀ ਆ ਗਏ ਹਾਲਾਂਕਿ ਡਰ ਪੂਰਾ ਸੀਗਾ ਵੀ ਅਸੀਂ ਬਿਮਾਰ ਹੋ ਜਾਵਾਂਗੇ ਜਿੰਨੀਆਂ ਸਾਡੇ ਹੱਡਾਂ ਦੇ ਵਿੱਚ ਠੰਡ ਵੜ ਚੁੱਕੀ ਹੋਈ ਸੀਗੀ ਪਰ ਮਾਲਕ ਨੇ ਇੰਨੀ ਕੁ ਬਖਸ਼ਿਸ਼ ਕੀਤੀ ਇੰਨੀ ਕੁ ਰੱਖਿਆ ਕੀਤੀ ਸਾਡੀ ਵੀ ਅਸੀਂ ਸਹੀ ਸਲਾਮਤ ਘਰਾਂ ਨੂੰ ਵੀ ਆ ਗਏ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਵੀ ਕੀਤੀ ਅਸੀਂ ਆਪਣੇ ਸਾਰੇ ਇਸ ਪ੍ਰੋਜੈਕਟ ਦੀ ਅਤੇ ਕਿੰਨਾ ਕੁ ਮਾਲਕ ਦਾ ਸ਼ੁਕਰਾਨਾ ਕਰੀਏ ਗਰਮੀ ਹੋ ਚੁੱਕੀ ਹੋਈ ਹੈ ਜੀ ਸ਼ੁਰੂ ਦੁਪਹਿਰ ਵੇਲੇ ਹੁਣ ਗਰਮੀ ਮਹਿਸੂਸ ਹੁੰਦੀ ਹੈ
35 डिग्री चल रहा जी ते ऊपर थोड़ा बहुत ऊपर ही हो सकता बाहर दा रात नु फिर भी अजे थोड़ी थोड़ी ना है ठंडी एक नंबर ते पक्का चलता वो भी सवेरे सवेरे माड़ी मोटी तां ठंड लगन लग पेंदी हां विसाखी ठंड जी हां विसाखी आ चुकी हुई है खालसा साजवान दिवस इना दिनां च तां गर्मी हुंदी है खूब पर जो रात दा अजे ठंड है रात नु हुंदी है जदो सवेरे है ना पक्खा ते वेले बंद करना पै जांदा हां अजे भी है अजे कोई खास गर्मी लग नहीं रही अज ਅਸੀਂ ਵਲੌਗ ਬਣਾ ਰਹੇ ਹਾਂ ਸਾਡੇ ਆਈਫੋਨ 10 ਦੇ ਉੱਤੇ ਹੁਣ ਤੁਸੀਂ ਪੁੱਛੋਗੇ ਵੀ ਆਈਫੋਨ ਦੇ ਉੱਪਰ ਕਿਉਂ ਬਣਾ ਰਹੇ ਹਾਂ ਪੁੱਛੋ ਜੀ ਮਤਲਬ ਇਹਨਾਂ ਨੂੰ ਤਾਂ ਪਤਾ ਹੀ ਹੈ ਚਲੋ ਫਿਰ ਸਮਝ ਲਓ ਕਿਉਂ ਭਾਈ ਸਾਹਿਬ ਕਿਉਂ ਬਣਾ ਰਹੇ ਤੁਸੀਂ ਬਾਕੀ ਨੂੰ ਪਤਾ ਲੱਗਦਾ ਇਹਨਾਂ ਨੂੰ ਸਭ ਪਤਾ ਝੂਠ ਮਾਰਦਾ ਗੱਲ ਇਹ ਆ ਵੀ ਅਸੀਂ ਤਾਂ ਬਣਾ ਰਹੇ ਹਾਂ ਇਹ ਵੀ ਇਹਨਾਂ ਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਨਹੀਂ ਨਹੀਂ ਕੈਮਰਾ ਢਿੱਲਾ ਹੋਇਆ ਤੇ ਉਹ ਐਡਮਿਟ ਹੋਇਆ ਥੋੜੀ ਜਿਹੀ ਹਸਪੀਟਲ ਐਡਮਿਟ ਕਰਾਇਆ ਉਹਨੂੰ 2 ਦਿਨ ਵਾਸਤੇ ਐਡਮਿਟ ਕਿਹਾ ਬਹੁਤ ਲੱਗ ਰਿਹਾ ਉਹਨੂੰ 2-4 ਬੋਤਲਾਂ ਚੜ੍ਹਨਗੀਆਂ ਤੇ ਉਸ ਤੋਂ ਬਾਅਦ ਉਹਨੇ ਐਂ ਟਿੱਚ ਜਿਹੜਾ ਤੇ ਡਾਕਟਰ ਸਾਹਿਬ ਨੂੰ ਦਿੱਤਾ ਹੋਇਆ ਕੈਮਰਾ ਸਰੀਰ ਹੈ ਮਾੜਾ ਕਦੀ ਵੀ ਢਿੱਲਾ ਮਿੱਠਾ ਹੋ ਸਕਦਾ ਨਹੀਂ ਕਰਾਇਆ ਦਾ ਗੇਮ ਚੱਲ ਰਿਹਾ ਡਾਕਟਰ ਸਾਹਿਬ ਕੋਲੋਂ ਗਿਆ ਹੋਇਆ ਇਸ ਟਾਈਮ ਤੇ ਉਹ ਉਹਦਾ ਇਲਾਜ ਕਰ ਰਹੇ ਆ ਉਹਦੀਆਂ ਹੱਡੀਆਂ ਪਸਲੀਆਂ ਜਿਹੜੀਆਂ ਕਲਰੀਆਂ ਪਈਆਂ ਉਹਦਾ ਇਲਾਜ ਹੋ ਰਿਹਾ ਕਹਿਣ ਤੋਂ ਮਤਲਬ ਇਹ ਹੈ ਵੀ ਮਕੈਨਿਕ ਨੂੰ ਦਿੱਤਾ ਹੋਇਆ 2-3 ਦਿਨਾਂ ਲਈ ਵੀ ਯਾਰ ਇਹਨੂੰ ਥੋੜਾ ਬਹੁਤਾ ਮਜ਼ਬੂਤ ਕਰ ਖੜਾ ਕਰ ਇਹਨੂੰ ਥੋੜੇ ਜਿਹੜੇ ਸਾਹ ਰਹਿੰਦੇ ਹੁੰਦੇ ਦੀ ਵਰਤੋਂ ਕਰ ਲਈਏ ਤੇ ਅਜੇ ਥੋੜਾ ਜਿਹਾ ਵਰਤ ਲਈਏ ਥੋੜੀ ਬਹੁਤੀ ਭੁੱਖ ਲੱਗ ਗਈ ਹੈ ਜੀ ਤੇ ਖਾ ਲਈਏ ਕਰੋ ਜਰਾ ਨਜ਼ਰ ਹੈਗਾ ਕੁਛ ਪਿਆ ਉਹ ਖਾ ਲਓ ਕੀ ਛਕਣਾ ਦੱਸੋ परिवार दे गए सीगे उन्हां ने बहुत प्यार बख्शिश कीता ते उन्हां नूं पता सीगा कि सानूं रात भुख लग जांदी हुंदी है उदां असीं रोटियां अपनियां लैके आए हुए आ जिदां तुहानूं पता अज अजकल असीं नवां ट्रेंड शुरू कीता होया पर अज रोटी वाली भुख नहीं हैगी है ਰੋਟੀ ਹੋਰ ਥੋੜਾ ਜਿਹਾ ਅੱਗੇ ਜਾ ਕੇ ਖਾਵਾਂਗੇ ਗੱਲ ਇਹ ਆ ਵੀ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਤਾਂ ਹੁੰਦਾ ਨਹੀਂ ਹੈ ਇਹ ਅਣਮੁੱਲੀਆਂ ਚੀਜ਼ਾਂ ਹੁੰਦੀਆਂ ਤੇ ਪਰ ਜੋ ਪਿਆਰ ਹੁੰਦਾ ਉਹ ਮਾਇਨੇ ਰੱਖਦਾ ਜੋ ਤੁਸੀਂ ਸੰਗਤ ਸਾਨੂੰ ਪਿਆਰ ਕਰਦੇ ਹੋ ਤੁਸੀਂ ਸਾਨੂੰ ਅਸੀਸਾਂ ਬਖਸ਼ਿਸ਼ ਕਰਦੇ ਹੋ ਸਾਨੂੰ ਉਹਦੇ ਵਿੱਚ ਬਹੁਤ ਆਨੰਦ ਹੈ ਬਹੁਤ ਖੁਸ਼ੀ ਹੈ ਇਹ ਪਿਆਰ ਹਮੇਸ਼ਾ ਤੁਸੀਂ ਬਖਸ਼ਿਸ਼ ਕਰਦੇ ਰਿਹਾ ਕਰੋ ਚੀਜ਼ਾਂ ਵਾਲੀ ਕੋਈ ਭੁੱਖ ਨਹੀਂ ਹੁੰਦੀ ਹੈ ਬਸ ਸਿਰਫ ਅਰਦਾਸ ਕਰਦਿਆ ਕਰੋ ਸਾਡੇ ਲਈ ਕਿ ਅਸੀਂ ਕੀਰਤਨ ਰਾਹੀਂ ਤੁਹਾਡੀ ਸੇਵਾ ਕਰਦੇ ਰਹੀਏ ਤਾਂ ਉਮਰ ਜਦ ਤੱਕ ਸਵਾਸ ਹੈਗੇ ਹੈ ਅਸੀਂ ਬਸ ਕੀਰਤਨ ਕਰਦੇ ਰਹੀਏ ਅਤੇ ਆਪ ਸੰਗਤਾਂ ਦੇ ਜੋੜੇ ਝਾੜਦੇ ਰਹੀਏ ਜੀ ਵਾਹ ਜੀ ਵਾਹ ਇਹ ਚੱਲੇ ਜੀ ਦਿੱਲੀ ਨੂੰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਭਾਈ ਸਾਹਿਬ ਦੇ ਰਸਤੇ ਚ ਦਰਸ਼ਨ ਹੋ ਗਏ ਆ ਬਹੁਤ ਟਾਈਮ ਬਾਅਦ ਅਸੀਸਾਂ ਲੈਣ ਦਾ ਮੌਕਾ ਮਿਲਿਆ ਵਾਹ ਜੀ ਵਾਹ ਦੇਖੀ ਬਚਾ ਕੇ ਬਚ ਗਏ ਬਚ ਗਏ ਲਓ ਜੀ ਮਿੱਤਰਨ ਦਾ ਢਾਬਾ ਇੱਥੇ ਪਹੁੰਚ ਗਏ ਮਿੱਤਰਾਂ ਦਾ ਢਾਬਾ ਰੋਟੀ ਅਸੀਂ ਘਰ ਲੱਗ ਕੇ ਆਏ ਹਾਂ ਤੇ ਮਾੜਾ ਜਿਹਾ ਉੱਦਾਂ ਮੈਂ ਕਿਹਾ ਚੱਲ ਕੋਈ ਰੋਲ ਨਹੀਂ ਢਾਬੇ ਦਾ ਕੋਈ ਰੋਲ ਨਹੀਂ ਹੈ ਤੇ ਇੱਥੇ ਬਸ ਅਸੀਂ ਮੂੰਹ ਹੀ ਧੋਣ ਆਏ ਹਾਂ ਉਹਦਾ ਚਾਹ ਪੀ ਲਾਂਗੇ ਮਿੱਤਰਨ ਦਾ ਢਾਬੇ ਮੈਂ ਲਓ ਜੀ ਭੁੱਖ ਲੱਗ ਗਈ ਹੋਈ ਹੈ ਤੇ ਹੁਣ ਅਸੀਂ ਗੱਡੀ ਲਾ ਲਈ ਹੋਈ ਹੈ ਸਾਈਡ ਤੇ ਲਓ ਜੀ ਲਓ ਜੀ ਆਫਟਰ ਆਲ ਸਵੇਰ ਦੀ ਅਸੀਂ 8 ਵਜੇ ਦੀ ਰੋਟੀ ਨਹੀਂ 9 ਵਜੇ ਦੀ 9 ਵਜੇ ਦੀ ਰੋਟੀ ਖਾਧੀ ਹੈ ਹੁਣ ਵੱਜ ਚੁੱਕੇ ਹੋਏ ਆ ਜੀ 3:30 ਤੇ ਹੁਣ ਲੱਗ ਗਈ ਭੁੱਖ ਹੁਣ ਭੁੱਖ ਲੱਗ ਗਈ ਹੈ ਬਹੁਤ ਜ਼ਿਆਦਾ ਇੱਥੇ ਖੋਲ ਦੇ ਭਰਾ ਹਾਂਜੀ ਕੀ ਲੈ ਕੇ ਆਏ ਹੋ ਘਰੋਂ ਅਚਾਰ ਤਬਲੇ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਖਾ ਨਹੀਂ ਸਾਰੇ ਵਾਸਤੇ ਆਲੂ ਵਾਹ ਆਲੂ ਜੀਰਾ ਪਰੌਂਠੇ ਪਰੌਂਠੇ ਵਾਹ ਹਾਂਜੀ ਤੁਸੀਂ ਭਿੰਡੀ ਨਾਲ ਦਾਸ ਲੈ ਕੇ ਆਇਆ ਜੀ ਪਨੀਰ
ਪਿਆਜ ਤੇ ਕੈਪਸਿਕਮ ਸ਼ਿਮਲਾ ਮਿਰਚ ਦੀ ਸਬਜ਼ੀ ਬਾਕੀ ਪ੍ਰਸ਼ਾਦੇ ਲੈ ਕੇ ਆਇਆ ਜੀ ਬਾਕੀ ਛਕ ਲਈਏ ਜੀ ਛਕ ਕੇ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਦਾ ਲੱਗਾ ਸਾਨੂੰ ਪ੍ਰਸ਼ਾਦਾ ਸਾਡਾ ਧੰਨਵਾਦ ਸ਼ੁਕਰਾਨਾ ਉਸ ਵਾਹਿਗੁਰੂ ਦਾ ਧੰਨਵਾਦ ਤੁਹਾਡਾ ਦੇਖੋ ਤੇ ਮੂੰਹ ਚ ਪਾਣੀ ਲਿਆਓ ਰੋਟੀ ਖਾ ਲਓ ਤੁਸੀਂ ਵੀ ਖਾ ਲਓ ਸਿੰਮੀ ਦੀ ਭਿੰਡੀ ਆ ਗਈ ਸਬਜ਼ੀ ਅਸੀਂ ਪਿੰਡਾਂ ਦੇ ਵਿੱਚ ਪੈ ਗਏ ਹੋਏ ਹਾਂ ਜੀ ਤੇ ਕਿਉਂਕਿ ਰਸਤਾ ਬੰਦ ਸੀਗਾ ਸੋਨੀਪਤ ਤੋਂ ਸਾਰਾ ਹੀ ਰਾਹ ਬੰਦ ਕੀਤਾ ਹੋਇਆ ਸੀ ਤੁਸੀਂ ਦੇਖੋ ਅਸੀਂ ਗਲੀਆਂ ਗਲੀਆਂ ਦੇ ਵਿੱਚ ਵੜ ਗਏ ਹੋਏ ਹਾਂ ਸੋ ਅੱਜ ਲਈ ਸਾਡਾ ਇਹ ਹਾਈਵੇ ਅੱਜ ਦਾ ਸਾਡਾ ਹਾਈਵੇ ਇਹ ਹੈ ਜੀ ਇਹ ਘੋਗਾ ਹਰਿਆਣੇ ਦੇ ਅੰਦਰ ਆ ਚੁੱਕੇ ਹੋਏ ਹਾਂ ਜੀ ਆਪਾਂ ਜੀ ਵਾਹ ਮੰਦਰ ਬੜਾ ਸੋਹਣਾ ਬਣਾਇਆ ਇਹ ਤੁਹਾਨੂੰ ਪਤਾ ਮੰਦਰ 2007 ਦੇ ਵਿੱਚ ਬਣਾਇਆ ਗਿਆ ਸੀ ਕਿਉਂਕਿ ਲਿਖਿਆ ਹੋਇਆ ਤਾਂ ਮੈਂ ਕਹਿ ਰਿਹਾ ਮੈਂ ਘਰਾਂ ਅੰਤਰ ਜਾਮੀ ਹਾਂ ਠੀਕ ਹੈ ਥੈਂਕ ਯੂ ਉਹ ਬਾਪੂ ਜੀ ਬੈਠੇ ਸੀ ਕਹਿੰਦੇ ਇੱਧਰੋਂ ਨਿਕਲ ਜਾ ਉਹਨਾਂ ਨੂੰ ਪਤਾ ਦਿੱਲੀ ਜਾਣਾ ਸੀ ਅੱਛਾ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਨਾ ਉਹਨਾਂ ਨੂੰ ਪਤਾ ਤਾਂ ਹੈ ਕਿਉਂਕਿ ਸਾਡੇ ਤੋਂ ਪਹਿਲਾਂ 500 ਗੱਡੀਆਂ ਨੂੰ ਦੱਸ ਚੁੱਕੇ ਹੋਣੇ ਰਸਤਾ ਉਹ ਲੈ ਵੀ ਏਦਾਂ ਲੱਗਦਾ ਪਹਾੜ ਦੇ ਰਸਤੇ ਤੇ ਫਿਰ ਚੜ੍ਹਨ ਦੇ ਪਲੀਜ਼ ਭਾਜੀ ਪਲੇਨ ਤੇ ਰਹਿਣ ਦਿਓ ਗੱਲ ਹੀ ਪਲੇਨ ਤੇ ਰਹਿਣ ਦਿਓ ਪਹਾੜੀ ਵਾਲੀ ਗੱਲ ਮੁਕਾ ਛੱਡੋ ਭਾਜੀ ਇੱਥੇ ਉਹ ਕਹਿੰਦੇ ਆ ਵੀ ਦੂਧ ਕਾ ਜਲਿਆ ਛਾਛ ਵੀ ਫੂਕ ਫੂਕ ਕਰ ਪੀਤਾ ਹੈ ਮਤਲਬ ਦੁੱਧ ਦਾ ਸੜਿਆ ਹੋਇਆ ਜਿਹੜਾ ਹੈ ਨਾ ਉਹ ਲੱਸੀ ਵੀ ਜਿਹੜੀ ਨਾ ਫੁੱਕ ਫੁੱਕ ਕੇ ਪੀਂਦਾ ਇੱਥੇ ਤਾਂ ਚੇਂਜ ਕਰ ਲੈਣਾ ਸੀ ਭਾਜੀ ਹਾਂ ਐਕਸੈਂਟ ਵੀ ਉਦਾਂ ਦਾ ਕਰ ਲਿਆ ਨਾ ਦੁੱਧ ਦਾ ਸੜਿਆ ਹੋਇਆ ਪੰਜਾਬੀ ਚ ਥੋੜਾ ਜਿਹਾ ਅੱਖਰਾਂ ਜਿਹਾ ਬੋਲਣਾ ਹੁੰਦਾ ਨਾ ਤੁਸੀਂ ਮਹਾਰਾਜ ਜਾਓ ਆਰਾਮ ਨਾਲ ਹੈ ਗੁੱਸਾ ਨਹੀਂ ਕਰਨਾ ਬਸ ਪਹਿਲਵਾਨੀਆਂ ਚੱਲ ਰਹੀਆਂ ਅਖਾੜੇ ਕਿਆ ਬਾਤ ਹੈ ਅਖਾੜੇ ਅਖਾੜੇ ਆ ਉਸਤਾਦ ਜੀ ਖੜੇ ਇਹਨਾਂ ਦੇ ਕਿੱਡੇ ਤਕੜੇ ਦੇਖੋ ਆਹੋ ਆਹੋ ਆ ਪਿੱਛੇ ਖੜੇ ਉਸਤਾਦ ਜੀ ਦੇਖੋ ਜੀ ਆ ਹਰਿਆਣੇ ਦੇ ਨੌਜਵਾਨ ਕਿੱਥੇ ਸਾਡੇ ਪੰਜਾਬ ਦੇ ਮੁੰਡੇ ਛੁੱਡੇ ਵੱਡੇ ਜੰਗਲ ਦੇ ਉਹ ਲਓ ਜੀ ਹਰਿਆਣੇ ਦੀਆਂ ਗਾਵਾਂ ਵੀ ਤੁਹਾਨੂੰ ਦਿਖਾ ਦਿੰਦੇ ਅੱਜ ਅੱਜ ਪੂਰਾ ਹਰਿਆਣਾ ਤੁਹਾਨੂੰ ਨਾ ਇੱਥੇ ਅੱਜ ਟੂਰ ਕਰਵਾਉਣਾ ਅੱਜ ਹਾਂ ਦੇਖੋ ਜੀ ਆ ਹਰਿਆਣਾ ਕੀ ਗਾਵੇਂ ਇਹ ਰਾਜਸਥਾਨੀ ਨਹੀਂ ਬੋਲਣ ਡਿਆ ਮੈਂ ਆਹ ਦੇਖੋ ਕਿੱਡੀ ਤਗੜੀ ਆ ਪਿਛਲੀ ਗਾਂ ਇਹ ਲੱਗਦਾ ਸਕਿਉਰਿਟੀ ਗਾਰਡ ਹੈ ਇਹਨਾਂ ਦਾ ਮੈਂ ਇਸ ਬੰਦੇ ਨੂੰ ਕਹਿ ਰਿਹਾ ਅੱਧੇ ਘੰਟੇ ਤੋਂ ਕਿ ਮੈਨੂੰ ਪਾਣੀ ਦੀ ਬੋਤਲ ਲਿਆ ਦਿਓ ਮੇਰਾ ਗਲਾ ਸੁੱਕ ਰਿਹਾ ਇਹ ਪਾਣੀ ਨਹੀਂ ਲਿਆ ਕੇ ਦੇ ਰਿਹਾ ਮੈਨੂੰ ਦੁਕਾਨ ਹੀ ਕੋਈ ਨਜ਼ਰ ਆਉਂਦੀ ਪਾਣੀ ਦੀ ਮੈਂ ਉਹਨੂੰ ਕਿਹਾ ਯਾਰ ਜੇ ਪਾਣੀ ਦੀ ਬੋਤਲ ਨਹੀਂ ਮਿਲਦੀ ਉਹ ਰਾਹ ਚ ਗੋਲ ਗੱਪੇ ਵਾਲਾ ਸੀਗਾ ਉਹੀ ਪਾਣੀ ਪਿਲਾ ਦਿਓ ਮੈਨੂੰ ਵਾਹ ਵਾਹ ਕਿਆ ਬਾਤ ਆ ਗੋਲ ਗੱਪੇ ਜਿਹੜੇ ਆ ਨਾ ਮੇਰੇ ਫੇਵਰੇਟ ਆ ਪਰ ਮਾੜੀ ਗੱਲ ਇਹ ਆ ਕਿ ਅਸੀਂ ਖਾ ਨਹੀਂ ਸਕਦੇ ਖਾ ਸਕਦੇ ਹਾਂ ਉਦੋਂ ਖਾ ਸਕਦੇ ਹਾਂ ਜਦੋਂ ਸਾਡੇ ਕੋਲ ਦਿਨ ਫ੍ਰੀ ਹੋਣ ਉਦੋਂ ਅਸੀਂ ਖਾ ਸਕਦੇ ਹਾਂ ਬਣਾਉਣ ਵਾਲੇ ਨੇ ਵੀ ਕਿਆ ਚੀਜ਼ ਬਣਾਈ ਹੈ ਗੋਲ ਅਤੇ ਗੱਪਾ ਕਹਿੰਦੇ ਗੱਪਾ ਕਰਕੇ ਛੱਕ ਜਾਓ ਕਹਿੰਦਾ ਅੱਜ ਅਚਾਰ ਲੈ ਕੇ ਆਇਆ ਸੀ ਮੇਰੇ ਮੂੰਹ 'ਚ ਪਾਣੀ ਆਈ ਜਾ ਰਿਹਾ ਸੀਗਾ ਪਰ ਮੈਂ ਕਿਹਾ ਨਹੀਂ ਯਾਰ ਕੀਰਤਨ ਕਰਨਾ ਸੋ ਥੋੜ੍ਹੇ ਜਿਹੇ ਕੰਪਰੋਮਾਈਜ਼ ਕਰਨੇ ਪੜਤੇ ਹੈ ਗਲੇ ਕਾ ਖਿਆਲ ਰੱਖਣਾ ਹੈ ਤੋ ਲਓ ਜੀ ਪਾਣੀ ਦੀ ਬੋਤਲ ਆ ਗਈ ਆ ਹੱਥ ਵਿੱਚ ਅਤੇ ਜਦੋਂ ਦੂਰੋਂ ਲਿਆ ਰਿਹਾ ਸੀਗਾ ਨਾ ਅਤੇ ਮੈਂ ਕਿਹਾ ਸੀਗਾ ਵੀ ਲੈ ਵੀ ਬਿਸਲੇਰੀ ਦੀ ਬੋਤਲ ਆ ਰਹੀ ਹੈ ਅਤੇ ਵਧੀਆ ਮੈਂ ਖੁਸ਼ ਹੋ ਗਿਆ ਸੀ ਦੇਖ ਕੇ ਅਤੇ ਜਦੋਂ ਮੈਂ ਵੇਖਿਆ ਬਲੇਸਰੀ ਇਹ ਤਾਂ ਬਲੇਸਰੀ ਹੈ ਯਾਰ ਕਿੱਡਾ ਧੋਖਾ ਮੇਰੇ ਨਾਲ ਕੀਤਾ ਇਹਨਾਂ ਲੋਕਾਂ ਨੇ ਬਲੇਸਰੀ ਇਹ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਾ ਹੋਇਆ ਜੀ ਇਹ ਬਲੇਸਰੀ ਦੇਤੀ ਬਿਸਲੇਰੀ ਦੀ ਥਾਂ ਤੇ ਇਹ ਹੁੰਦਾ ਇਹਦੇ ਚ ਪਾਣੀ ਜਿਹੜਾ ਸ਼ੁੱਧ ਹੋਵੇ ਇਹ ਨਾ ਹੋਵੇ ਨਾਲ ਦੀ ਡਿਊਟੀ ਤੇ ਭਰਿਆ ਹੋਇਆ ਹੋਵੇ ਰੰਗ ਤੇ ਪਾਣੀ ਦਾ ਡਿਊਟੀ ਵਾਲਾ ਹੀ ਲੱਗ ਰਿਹਾ ਯਾਰ ਸੱਚੀ ਯਾਰ ਮੈਨੂੰ ਤਾਂ ਬੋਤਲ ਵੀ ਹੁਣ ਨਾ ਬਿਸਲੇਰੀ ਤੇ ਨਹੀਂ ਲੱਗ ਰਹੀ ਰਹਿਣ ਦਿਓ ਆਪਾਂ ਨਹੀਂ ਕੋਈ ਨੀ ਹੁਣ ਪਿਆਸ ਲੱਗੀ ਗਲਾ ਸੁੱਕਣ ਡਿਆ ਘੱਟੋ ਘੱਟ ਪਾਣੀ ਤੇ ਹੈ ਨਾ ਦਿਖਾਓ ਇੱਕ ਵਾਰੀ ਇਹਨੂੰ ਨਕਲੀ ਦਿਖਾ ਦੇ ਭਰਾਵਾ ਨਹੀਂ ਕਿਤਨੇ ਕਿਤਨੇ ਪੈਸੇ 20 ਰੁਪਏ ਆਪਣੇ ਤੁਸੀਂ ਰੱਖੇ ਨਾਲ ਜਰਾ ਭਾਜੀ ਦੂਸਰੀ ਰੱਖੋ ਸਿਰਫ ਐਸ ਐਲ ਹੀ ਇੱਧਰ ਉੱਧਰ ਕੀਤਾ ਆਹ ਨਕਲੀ ਤੇ ਅਸਲੀ ਹੁਣ ਪੀ ਕੇ ਦੇਖਦੇ ਆ ਵੀ ਕਿਹੜੀ ਅਸਲੀ ਹੈ ਵੈਸੇ ਆਹ ਤਾਂ ਨਕਲੀ ਹੈ ਪੱਕਾ ਹੀ ਹੈ ਇਹ ਵੀ ਹੁਣ ਪੀ ਕੇ ਦੇਖਦਾ ਹੂੰ ਮੈਂ ਦੇਖੋ ਮਹਾਰਾਜ
ਹੈਡਕੁਆਰਟਰ ਸੀਲ ਤਾਂ ਪੂਰੀ ਹੈ ਏਡੀ ਹੈ ਇਹ ਫਰਕ ਹੈ ਯਾਰ ਪਾਣੀ ਚ ਕੀਰਤਨ ਕਰਕੇ ਅਸੀਂ ਨਿਕਲ ਚੁੱਕੇ ਹੋਏ ਹਾਂ ਅਤੇ ਪਹੁੰਚ ਚੁੱਕੇ ਹਾਂ ਸਿੰਘੂ ਬਾਰਡਰ ਜਿੱਥੇ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਅਤੇ ਬੜੇ ਚੜ੍ਹਦੀ ਕਲਾ ਦੇ ਵਿੱਚ ਲੱਗੇ ਹੋਏ ਨੇ ਇੱਥੇ ਤਾਂ ਹੁਣ ਅਸੀਂ ਦੇਖ ਕੇ ਹੈਰਾਨ ਹੋ ਗਏ ਹਾਂ ਵੀ ਪੱਕੇ ਘਰ ਤੱਕ ਬਣਾ ਲਏ ਹੋਏ ਨੇ ਦੇਖੋ ਤੁਸੀਂ ਇੱਥੇ ਕਿੱਡੀ ਤਿਆਰੀ ਨਾਲ ਬੈਠੇ ਹੋਏ ਨੇ ਏ ਸੀ ਵਗੈਰਾ ਸਭ ਲੱਗੇ ਹੋਏ ਨੇ ਅਤੇ ਇਹ ਨਹੀਂ ਤੁਸੀਂ ਹਿਲਾ ਸਕਦੇ ਹੁਣ ਇਹਨਾਂ ਨੂੰ ਇਹ ਹੁਣ ਪੱਕੇ ਘਰ ਬਣ ਗਏ ਜਾਂ ਟਰਾਲੀਆਂ ਵੀ ਪੱਕੀਆਂ ਲੱਗੀਆਂ ਹੋਈਆਂ ਵੀ ਇਹਨਾਂ ਦਾ ਜਜ਼ਬਾ ਧੰਮ ਹੈ ਆਹ ਦੇਖੋ ਜੀ ਆਹ ਸਭ ਕਵਰ ਕੀਤੇ ਹੋਏ ਨੇ ਇਸ ਟਾਈਮ ਘਰ ਬਣੇ ਹੋਏ ਪੂਰੇ ਆਹ ਦੇਖੋ ਘਰ ਆਹ ਦੇਖੋ ਮਹਾਰਾਜ ਕਮਾਲ ਕੀਤੀ ਪਈ ਕਿਸਾਨਾਂ ਨੇ ਮਹਾਰਾਜ ਬਦਲਣਾ ਪੈਣਾ ਵੇਖੋ ਸੰਧੂ ਕਮਾਲ ਹੀ ਹੈ ਯਾਰ ਹੱਦ ਹੋਈ ਪਈ ਹੈ ਮੈਂ ਤਾਂ ਦੇਖੋ ਜੀ ਟਰਾਲੀਆਂ ਦਾ ਘਰ ਬਣੇ ਪਏ ਹੈ ਕਮਾਲ ਹੋ ਗਈ ਹੈ ਆਹ ਦੇਖੋ ਜੀ ਕਨਾਤਾਂ ਲਾਈਆਂ ਪਈਆਂ ਬਾਹਰ ਨੂੰ ਸਾਰੀਆਂ ਹੁਣ ਇੱਥੇ ਪੱਕੇ ਡੇਰੇ ਲਾਣੇ ਪੈਣੇ ਸੀਗੇ ਇਹ ਨਹੀਂ ਹਿਲਦੇ ਹੁਣ ਕਿੱਥੋਂ ਹਿਲਾ ਦੇਣਗੇ ਭਾਜੀ ਯਾਰ ਇੰਨੀ ਠੰਡ ਹਟਾ ਲਈ ਉਹਨਾਂ ਨੇ ਤੇ ਗਰਮੀ ਦਾ ਇੰਤਜ਼ਾਮ ਪੂਰਾ ਕੀਤਾ ਪਿਆ ਜੀ ਕਮਾਲ ਲੱਗੇ ਵੀ ਦੱਸੋ ਮਹਾਰਾਜ ਕੋਈ ਸੰਧੂ ਹਾਊਸ ਕੋਈ ਧਾਮੀ ਹਾਊਸ ਕੋਈ ਕੀ ਹਾਊਸ ਬਣਾਇਆ ਹੋਇਆ ਕਮਾਲ ਆਲੋ ਘਰ ਲੈ ਲੋ ਨਿੱਕੇ ਨਿੱਕੇ ਘਰ ਕਿਊਟ ਕਿਊਟ ਨਵੇਂ ਨਵੇਂ ਤੇ ਛੋਟੇ ਛੋਟੇ ਘਰ ਬਾਹਰ ਉਹਨਾਂ ਨੇ ਬੂਟੇ ਵੀ ਲਾਏ ਬਈ ਮੈਨੂੰ ਬਹੁਤ ਮਾਣ ਹੋ ਰਿਹਾ ਮੈਨੂੰ ਨਾ ਬੜੀ ਫਿਕਰ ਸੀਗੀ ਵੀ ਕੀ ਬਣੇਗਾ ਵੀ ਗਰਮੀਆਂ ਆ ਰਹੀਆਂ ਇੰਨੀਆਂ ਜ਼ਿਆਦਾ ਪਰ ਹੁਣ ਇਹ ਵੇਖ ਕੇ ਥੋੜਾ ਜਿਹਾ ਨਾ ਮਨ ਨੂੰ ਸ਼ਾਂਤੀ ਹੋਈ ਆ ਕਿ ਇਹਨਾਂ ਨੇ ਤਾਂ ਆਪਣੇ ਘਰ ਪਾਲੇ ਹੋਏ ਇੱਥੇ ਬੜੇ ਸੋਹਣੇ ਨਾ ਕੋਈ ਮੱਛਰ ਮੱਖੀ ਦਾ ਡਰ ਨਾ ਕੋਈ ਬਾਰਿਸ਼ ਦਾ ਡਰ ਬਸ ਹੁਣ ਚੜ੍ਹਦੀ ਕਲਾ ਜੀ ਹੁਣ ਨਹੀਂ ਆਪਾਂ ਡੋਲਦੇ ਬਸ ਹੁਣ ਚੜ੍ਹਦੀ ਕਲਾ ਹੁਣ ਜਿੱਤ ਕੇ ਵਾਪਸ ਪਰਤਾਂਗੇ ਕਿਉਂਕਿ ਬਹੁਤ ਮੌਸਮ ਦੇ ਵੀ ਤਸ਼ੱਦਦ ਝੇਲ ਚੁੱਕੇ ਨੇ ਅਤੇ ਸਰਕਾਰੀ ਤਸ਼ੱਦਦ ਵੀ ਝੇਲ ਚੁੱਕੇ ਹੋਏ ਨੇ ਅਤੇ ਪਰ ਫਿਰ ਵੀ ਟਿਕੇ ਹੋਏ ਆ ਜਿਹੜਾ ਹੁਣ ਤੱਕ ਟਿਕਿਆ ਉਹ ਟਿਕਿਆ ਹੀ ਰਹੇਗਾ ਮਾਲਕ ਇਹਨਾਂ ਨੂੰ ਹੋਰ ਬਲ ਬਖਸ਼ਿਸ਼ ਕਰਨ ਅਤੇ ਹੋਰ ਸਮੱਤ ਬਖਸ਼ਿਸ਼ ਕਰਨ ਲਓ ਜੀ ਭੁੱਖ ਲੱਗ ਗਈ ਹੈ ਅਤੇ ਇੱਥੇ ਅਸੀਂ ਰੁਕੇ ਹਾਂ ਜੀ ਸੁਖਦੇਵ ਢਾਬਾ ਭੁੱਖ ਲੱਗ ਗਈ ਹੈ ਕਿਉਂਕਿ ਰਾਤ ਦੇ ਇਸ ਟਾਈਮ ਵੱਜ ਚੁੱਕੇ ਹੋਏ ਆ 11:30 ਸਵੇਰ ਦੇ ਨਿਕਲੇ ਹੋਏ ਹਾਂ ਅਤੇ ਇੱਕ ਵਾਰੀ ਜਿਹੜੀ ਘਰੋਂ ਰੋਟੀ ਲੈ ਕੇ ਆਏ ਸੀਗੇ ਬਸ ਉਹੀ ਅਸੀਂ ਛੱਕੀ ਹੈ ਅਤੇ ਥੋੜ੍ਹੀ ਬਹੁਤੀ ਚਾਹ ਪੀਤੀ ਸੀਗੀ ਬਸ ਉਸ ਤੋਂ ਬਾਅਦ ਕੁਛ ਖਾਧਾ ਨਹੀਂ ਹੈ ਹੁਣ ਚਲੋ ਕੁਛ ਖਾ ਲਈਏ ਭੁੱਖ ਲੱਗ ਗਈ ਹੈ ਪਿੱਛੇ ਗੱਡੀ ਲੱਗੀ ਹੋਈ ਹੈ ਆਓ ਚਲੋ ਖਾ ਲਈਏ ਲਓ ਜੀ ਅਮਨਜੋਤ ਸਿੰਘ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਹੈ ਭਾਜੀ ਕਹਿੰਦੇ ਇੱਥੇ ਬਕਲਾਵਾ ਆਈਸਕ੍ਰੀਮ ਹੈ ਮੈਂ ਕਿਹਾ ਜੇ ਉਹਦਾ ਸਵਾਲ ਚਮਨ ਪ੍ਰਾਜ ਵਰਗਾ ਨਿਕਲਿਆ ਫੇਰਨਾ ਕਿਉਂ ਬੜੀ ਤਿਆਰੀ ਹੈ ਯਾਰ ਬੰਦੇ ਦੀ ਕੀ ਸਰਵਿਸ ਕੀ ਹੈ ਚੋਕੋ ਖਾਣਾ ਮਾੜੀ ਮੋਟੀ ਨਹੀਂ ਖਾਣੀ
ਮੰਮੀ ਚੱਲ ਫਿਰ ਸ਼ੇਕਰ ਮੈਂ ਨੀਂਦ ਚ ਹੈ ਕੁਛ ਵੀ ਹੋ ਸਕਦਾ ਨੀਂਦ ਚ ਤੂੰ ਕਿਦਾਂ ਨੀਂਦ ਚ बहुत औखा रस्ता रात का नींद आ रही थी फिर भी पहुंच गए जे थानू किसी कारण भी ब्लॉग चंगा लगे तेन लाइक करो इन शेयर कर दो चैनल सबसक्राइब करना ना भूलना एवं ना जायो जेडे 28% ने वो कृपा करके हम 26, 23, 22, 20 इस तरह घटते जाओ मेहरबानी करती जल्दी नवा ब्लॉग लैके हाजिर होने जी वाहेगुरु जी का खालसा वाहेगुरु जी की फतेह। मैं करता ना तो मैं नींद आती थले चलो महाराज ओके जी।